ਇਨਫੋਰਮੇਸ਼ਨ ਸੈਗਮੈਂਟ ਦੇ ਵਿੱਚ ਅੱਜ ਇੱਕ ਰਿਸਪੈਕਟਡ ਰਿਟਾਇਰਡ ਮੇਜਰ ਮੇਜਰ ਓਮ ਦਾ ਜੋਸ਼ੀ ਸਾਡੇ ਨਾਲ ਨੇ ਜਿਹੜੇ ਕਿ ਰਿਟਾਇਰ ਹੋਣ ਤੋਂ ਬਾਅਦ ਔਰ ਇੱਕ ਪੜੇ ਲਿਖੇ ਹੁੰਦੇ ਹੋਏ ਬਹੁਤ ਵਿਚਰੇ ਨੇ ਲੁਧਿਆਣੇ ਨੂੰ ਬਿਲੋਂਗ ਕਰਦੇ ਨੇ ਬੀਐਸਸੀ ਐਗਰੀਕਲਚਰ ਕੀਤੀ 22 ਸਾਲ ਫਾਰਮ ਮੈਨੇਜਰ ਰਹੇ ਕਰਨਾਲ ਦੇ ਵਿੱਚ ਉਦੋਂ ਵਾ ਫੌਜ ਭਰਤੀ ਹੋਏ ਸੈਕੰਡ ਲੈਫਟ ਸਟਿਜੈਂਟ ਮੇਜਰ ਰਿਟਾਇਰ ਹੋਏ ਨੇ 1988 ਦੇ ਵਿੱਚ ਫਿਰ ਲੁਧਿਆਣੇ ਰਹਿ ਕੇ ਇੱਕ ਮਕਾਮ ਇੱਕ ਬਿਜ਼ਨਸ ਸ਼ੁਰੂ ਕੀਤਾ ਔਰ ਈਵੈਲੂਏਸ਼ਨ ਦਾ ਬਿਜ਼ਨਸ ਜਿਹੜਾ ਹੈ ਉਹ ਬੜਾ ਇਹਨਾਂ ਦਾ ਪਪੂਲਰ ਹੋਇਆ ਇਹਨਾਂ ਦੇ ਕੁਝ ਆਪਣੇ ਐਕਸਪੀਰੀਐਂਸਸ ਅੱਜ ਦੇ ਆਪਣੇ ਕੈਨੇਡਾ ਦੀ ਧਰਤੀ ਤੇ ਆਏ ਨੇ ਸੁਪਰ ਵੀਜ਼ੇ ਤੇ ਉੱਥੇ ਦੇ ਐਕਸਪੀਰੀਐਂਸ ਔਰ ਇੱਥੇ ਦੇ ਐਕਸਪੀਰੀਐਂਸ ਜਿਹੜੇ ਆ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨਗੇ ਮੇਜਰ ਸਾਹਿਬ ਤੁਹਾਡਾ ਸਵਾਗਤ ਹੈ ਸ਼ਰਮਨ ਸਾਹਿਬ ਮੈਂ ਤੁਹਾਡਾ ਤੇ ਹਾਰਮੋਨੀ ਟੀਵੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਮੇਰੇ ਵਿਚਾਰ ਰੱਖਣ ਦਾ ਧੰਨਵਾਦ ਬਹੁਤ-ਬਹੁਤ ਮੇਜਰ ਸਾਹਿਬ ਦੇਖੋ ਤੁਹਾਡੀ ਐਨੀ ਵੈਰੀਡ ਲਾਈਫ ਰਹੀ ਹੈ ਜੀ ਤੁਸੀਂ ਐਗਰੀਕਲਚਰ ਪੜ੍ਹਨ ਤੋਂ ਬਾਅਦ ਨੌਕਰੀ ਵੀ ਕੀਤੀ ਫਿਰ ਆਰਮੀ ਚ ਵੀ ਚਲੇ ਗਏ ਥੋੜੇ ਜਿਹਾ ਆਪਦੇ ਤਜਰਬੇ ਜਿਹੜੇ ਆ ਉੱਥੇ ਦੇ ਔਰ ਯਾ ਪੰਜਾਬ ਦੀ ਜੋ ਅੱਜ ਸਥਿਤੀ ਬਣੀ ਹੈ ਯਾ ਇੰਡੀਆ ਦੀ ਸਥਿਤੀ ਬਣੀ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਓ ਸ਼ਰਮਾ ਸਾਹਿਬ ਜਿਸ ਤੱਕ ਪੰਜਾਬ ਦਾ ਸਵਾਲ ਹੈ ਮੈਨੂੰ ਇਹ ਕਹਿੰਦੇ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਕਿ ਅੱਜ ਸਾਡੀਆਂ ਜਿਹੜੀਆਂ ਪ੍ਰੋਬਲਮਾਂ ਨੇ ਸਭ ਨਾਲੋਂ ਵੱਡੀ ਪ੍ਰੋਬਲਮ ਤਾਂ ਹੈ ਕਿ ਸਾਡਾ ਯੂਥ ਜਿਹੜਾ ਹੈ ਉਹ ਨਸ਼ੇ ਵੱਲ ਜਾ ਰਿਹਾ ਹੈ। ਔਰ ਦੂਸਰੀ ਪ੍ਰੋਬਲਮ ਇਹ ਹੈ ਕਿ ਪ੍ਰਾਪਰਟੀ ਪ੍ਰਾਈਸਸ ਟੋਟਲੀ ਖਤਮ ਹੋ ਗਈਆਂ ਨੇ ਉੱਥੇ। ਈਵਨ ਸਰਕਾਰ ਨੇ ਵੀ ਪਹਿਲਾਂ 10% ਸਲੈਸ਼ ਕੀਤਾ ਕਲੈਕਟਰ ਰੇਟ ਉਸ ਤੋਂ ਬਾਅਦ 15%, 25% ਤੇ ਉਹਨਾਂ ਨੇ ਘਟਾ ਦਿੱਤਾ। ਇਸ ਤੋਂ ਬਾਅਦ ਸਾਡੀ ਇੰਡਸਟਰੀ ਜਿਹੜੀ ਹੈ ਉਹਦਾ ਵੀ ਬਹੁਤ ਬੁਰਾ ਹਾਲ ਹੋਇਆ ਹੋਇਆ ਹੈ। ਇਹਦੇ ਨਾਲ ਨਾਲ ਸਾਡਾ ਜਿਹੜਾ ਲਾਂਡ ਆਰਡਰ ਹੈ ਉਹ ਵੀ ਕਿਸੇ ਨੂੰ ਡਰ ਪਾਉ ਨਹੀਂ ਹੈ ਕਿਸੇ ਦਾ ਵੀ ਉੱਥੇ ਤੁਹਾਨੂੰ ਬੜਾ ਦੁੱਖ ਹੁੰਦਾ ਹੈ ਸਪੈਸ਼ਲੀ ਜਿਨ੍ਹਾਂ ਦੇ ਬੱਚੇ ਬਾਹਰ ਨੇ ਉਹ 올ਡ ਕਪਲਸ ਨੂੰ ਮੈਨੂੰ ਕਹਿੰਦੇ ਹੋਏ ਇਹ ਬਹੁਤ ਦੁੱਖ ਹੈ ਕਿ ਸਾਨੂੰ ਡਰ ਲੱਗਿਆ ਰਹਿੰਦਾ ਹੈ ਕਿ ਸਾਡੇ ਨਾਲ ਕੀ ਵਰਤੂਗਾ ਇੱਥੇ ਮੇਜਰ ਸਾਹਿਬ ਤੁਸੀਂ ਲਾਂਡ ਆਰਡਰ ਦੀ ਗੱਲ ਕੀਤੀ ਮੈਂ ਟੱਚ ਹੀ ਕਰਨਾ ਸੀਗਾ ਸਾਨੂੰ ਜਿਹੜਾ ਇੱਥੇ ਬੈਠਿਆ ਨੂੰ ਪਤਾ ਲੱਗਦਾ ਹੈ ਕਿ ਉੱਥੇ ਥਾਣਾ ਤਾਂ ਐਮਐਲਏ ਚਲਾਉਂਦਾ ਜੀ ਮਾਈ ਡੀਅਰ ਸਰ ਉੱਥੇ ਯਾ ਐਮਐਲਏ ਚਲਾਉਂਦਾ ਹੈ ਤੇ ਯਾ ਬਿਊਰੋਕਰੇਟ ਚਲਾਉਂਦਾ ਹੈ ਇਹਨਾਂ ਦੀ ਹੀ ਚਲਦੀ ਹੈ ਇੱਕ ਆਮ ਆਦਮੀ ਜਿਹੜਾ ਹੈ ਉਹਦੀ ਕੋਈ ਸੁਣਵਾਈ ਨਹੀਂ ਹੈ ਹਾਂ ਜੇ ਉਹਦਾ ਕਿਤੇ ਲਿੰਕ ਹੈ ਤਾਂ ਉਹ ਕਾਮਯਾਬ ਹੈ ਉਹ ਆਪਣਾ ਪੁਆਇੰਟ ਉੱਥੇ ਰੱਖ ਸਕਦਾ ਹੈ ਤੁਸੀਂ ਇਹਦੇ ਨਾਲੇ ਵੀ ਗੱਲ ਕੀਤੀ ਕਿ ਇੰਡਸਟਰੀ ਜਿਹੜੀ ਹੈ ਬਿਲਕੁਲ ਤਬਾਹ ਕਰ ਚੁੱਕੀ ਹੈ ਉਹ ਬੱਚੇ ਦੇਖੋ ਜੀ ਖੇਤਾਂ 'ਚ ਕਾਲਜ ਲੱਗੇ 10-10 ਕਿਲੋਮੀਟਰ ਤੇ ਹਰ ਕੋਈ ਇੰਜੀਨੀਅਰ ਬਣਿਆ ਦਾ ਉਹਨਾਂ ਨੂੰ ਜਦੋਂ ਨੌਕਰੀ ਨਹੀਂ ਮਿਲਦੀ ਤੇ ਉਹਨਾਂ ਦਾ ਹਾਸਰ ਜਿਹੜਾ ਸਭ ਸਾਹਮਣੇ ਹੈ ਪਰ ਤੁਸੀਂ ਦੱਸੋ ਕੋਈ ਉਪਰਾਲੇ ਕਰ ਰਿਹਾ ਉਥੇ ਕਿ ਨੌਕਰੀਆਂ ਜਿਹੜੀਆਂ ਮਹਈਆ ਕਰਾਈਆਂ ਜਾਣ ਜਦੋਂ ਉਥੇ ਇੰਡਸਟਰੀ ਖਤਮ ਹੋ ਗਈ ਲਾਂਡਰ ਆਰਡਰ ਖਤਮ ਹੋ ਗਿਆ ਤੇ ਉਥੇ ਨੇਚਰਲੀ ਸਾਡੇ ਜਿਹੜੇ ਯੂਥ ਨੇ ਉਹਨਾਂ ਨੇ ਨਸ਼ਿਆਂ ਵੱਲ ਜਾਣਾ ਕਿਉਂਕਿ ਉਹਨਾਂ ਨੇ ਉਹਨਾਂ ਦੀ এমਪਲॉयਮੈਂਟ ਜਿਹੜੀ ਹੈ ਉਹ ਘਟ ਗਈ ਆ ਉੱਥੇ ਤੇ ਇਹ ਗੱਲ ਦੱਸੋ ਦੇਖੋ ਜਵਾਨ ਬੱਚੇ ਐ ਔਰ ਗੱਭਰੂ ਜਿਹੜੇ ਐ ਯੂਥ ਜਿਹੜਾ ਐ ਉਹਨਾਂ ਨੂੰ ਆਰਮੀ ਚ ਅਟਰੈਕਟ ਕਰਨ ਲਈ ਕੋਈ ਸਰਕਾਰ ਐ ਦਾ ਦੇ ਜਿਹੜੀ ਇਨੀਸ਼ੀਏਟਿਵ ਲੈ ਰਹੀ ਐ ਸਰਕਾਰ ਦਾ ਜਿਸ ਤੱਕ ਤਾਲੁਕ ਐ ਪਹਿਲੀ ਗੱਲ ਤੇ ਪੰਜਾਬ ਸਰਕਾਰ ਮੈਂ ਨਹੀਂ ਸੋਚਦਾ ਕੋਈ ਐਸਾ ਉਪਰਾਲਾ ਕਰ ਰਹੀ ਐ ਲੇਕਿਨ ਸਾਡੀ ਜਿਹੜੀ ਰਿਕਰੂਟਮੈਂਟ ਬ੍ਰਾਂਚਸ ਨੇ ਫੌਜ ਦੀਆਂ ਉਹ ਜ਼ਰੂਰ ਉੱਥੇ ਆਉਂਦੇ ਨੇ ਤੇ ਉਹ ਭਰਤੀ ਕਰਦੇ ਨੇ ਤੇ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਪਿੱਛੇ ਜੀ ਇੱਕ ਸਟੱਡੀ ਹੋਈ ਸੀ ਉਹ ਸਟੱਡੀ ਦੇ ਵਿੱਚ ਇਹ ਆਇਆ ਸੀ ਕਿ ਸਾਡੇ ਪੰਜਾਬ ਦਾ ਜਿਹੜਾ ਯੂਥ ਹੈ ਇੱਕ ਤਾਂ ਉਹਦੀ ਜਿਹੜੀ ਚੈਸਟ ਹੈ ਉਹ ਘਟ ਗਈ ਹੈ ਇੱਕ ਹਾਈਟ ਘਟ ਗਈ ਹੈ ਤੇ ਇੱਕ ਉਹਦਾ ਜਿਹੜਾ ਐਂਡਿਓਰੈਂਸ ਹੈ ਉਹਦੇ 'ਚ ਜਿਹੜੀ ਹਿੰਮਤ ਹੈ ਉਹ ਘਟ ਗਈ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਦੇਖੋ ਕੀ ਕਾਰਨ ਹੈ ਜੀ ਇਹ ਘਟਣ ਦੇ ਔਰ ਕੀ ਜਿਹੜੇ ਇਨੀਸ਼ੀਏਟਿਵ ਲੀਤੇ ਜਾ ਸਕਦੇ ਆ ਤਾਂ ਕਿ ਬੱਚੇ ਜਿਹੜੇ ਆ ਫੌਜ ਚ ਆ ਕੇ ਦੇਸ਼ ਦੀ ਸੇਵਾ ਕਰ ਸਕਣ ਇਹਦੇ ਦੋ ਤਰੀਕੇ ਨੇ ਇੱਕ ਤੇ ਇਹ ਹੈ ਕਿ ਸਾਡੇ ਬੱਚਿਆਂ ਨੂੰ ਗੇਮਸ ਦੀ ਤਰਫ ਲਾਇਆ ਜਾਵੇ ਤਾਂ ਕਿ ਉਹ ਗੇਮਸ ਦੇ ਵਿੱਚ ਇੰਟਰਸਟ ਲੈਣ ਤੇ ਦੂਸਰਾ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਤੇ ਤੀਸਰਾ ਉੱਥੇ এমਪਲॉयਮੈਂਟ ਨੂੰ ਉਤਸਾਹ ਦਿੱਤਾ ਜਾਵੇ ਤਾਂ ਕਿ ਸਾਡੇ ਯੂਥ ਨੂੰ ਉੱਥੇ এমਪਲॉयਮੈਂਟ ਮਿਲ ਸਕੇ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਮੇਜਰ ਸਾਹਿਬ ਉੱਥੇ ਛੇਵਾਂ ਦਰਿਆ ਜਿਹੜਾ ਉਹ ਨਸ਼ਿਆਂ ਦਾ ਵਗ ਰਿਹਾ ਅੱਜ ਦੀ ਸਿਚੁਏਸ਼ਨ 2017 ਚ ਇਲੈਕਸ਼ਨ ਹੈ ਤੁਸੀਂ ਇੱਕ ਐਸੇ ਸ਼ਹਿਰ ਚ ਬੈਠੇ ਹੋ ਲੁਧਿਆਣਾ ਜਿਸ ਨੂੰ ਮਾਂਚੈਸਟਰ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਉੱਥੇ ਦੀ ਸਿਚੁਏਸ਼ਨ ਦੇਖਦੇ ਹੋਏ ਪੋਲਿਟਿਕਸ ਦੀ ਜਿਹੜਾ ਮਿਲਟਰੀ ਵਾਲੇ ਉਹਨਾਂ ਦਾ ਕਦੀ ਪੋਲਿਟਿਕਸ ਇੰਟਰਸਟ ਨਹੀਂ ਹੁੰਦਾ ਪਰ ਤੁਸੀਂ ਕੀ ਸੋਚਦੇ ਹੋ ਕਿਹੜੀ ਪਾਰਟੀ ਜਾਂ ਕੀ ਹਾਲ ਉੱਥੇ ਨਿਕਲ ਸਕਦਾ ਤਾਂ ਕਿ ਆਉਣ ਵਾਲਾ ਸਮੇਂ ਜਿਹੜਾ ਸੁਖਾਵਾਂ ਹੋ ਸਕੇ ਸਾਨੂੰ ਜਦੋਂ ਆਪ ਉੱਥੇ ਆਈ ਹੈ ਉਦੋਂ ਉਮੀਦ ਸੀਗੀ ਕਿ ਸ਼ਾਇਦ ਆਪ ਜਿਹੜੀ ਪਾਰਟੀ ਹੈ ਉਹ ਅੱਛਾ ਕੰਮ ਕਰੂਗੀ ਪਰ ਅੱਜ ਦੀ ਡੇਟ ਦੇ ਵਿੱਚ ਆਪ ਦੇ ਆਪਣੇ ਹੀ ਇੰਨੇ ਮਸਲੇ ਨੇ ਕਿ ਉਹ ਵੀ ਉਸੇ ਤਰ੍ਹਾਂ ਹੀ ਹੋ ਗਈ ਹੈ ਜਿੱਦਾਂ ਬਾਕੀ ਪਾਰਟੀਆਂ ਸੀਗੀਆਂ ਤੇ ਅਨਫੋਰਚੂਨੇਟਲੀ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਹੰਗ ਅਸੈਂਬਲੀ ਹੀ ਨਾ ਆਵੇ ਉੱਥੇ ਉਹ ਤਾਂ ਫਿਰ ਬੜੀ ਖਤਰਨਾਕ ਹੋਊਗੀ ਜੀ ਆਉਣ ਵਾਲੇ ਸਮੇਂ ਲਈ ਪਰ ਇਹ ਦੱਸੋ ਤੁਸੀਂ ਕਿ ਜਿਹੜੀਆਂ ਹੁਣ ਇੱਕ ਚੌਥਾ ਤੀਜਾ ਫਰੰਟ ਵੀ ਤਿਆਰ ਹੋ ਰਿਹਾ ਜੀ ਉਹ ਤੀਜਾ ਫਰੰਟ ਜਿਹੜਾ ਹੈ ਉਹਦੇ ਨਾਲ ਕਿਹੜੀ ਪਾਰਟੀ ਨੂੰ ਟਾਲ ਲੱਗੂਗੀ ਔਰ ਕਿਹਦੇ ਲਈ ਲਾਹੇਬੰਦ ਰਹੂਗੀ ਦੇਖੋ ਫੌਜੀਆ ਦਾ ਪੋਲਿਟਿਕਸ ਦੇ ਨਾਲ ਕੋਈ ਇਹਨਾਂ ਸੰਬੰਧ ਨਹੀਂ ਹੁੰਦਾ ਹੋ ਸਕਦਾ ਹੈ ਵੀ ਕੋਈ ਅੰਦਰੋਂ ਚਾਲ ਹੀ ਹੋਵੇ ਕਿ ਜਿਹੜਾ ਚੌਥਾ ਫਰੰਟ ਹੈ ਖੋਲ ਦਿੱਤਾ ਗਿਆ ਤੇ ਦੇਖੋ ਹੁਣ ਤੁਸੀਂ ਸੁਪਰਵਾਈਜ਼ਰ ਤੇ ਆਏ ਹੋ ਬੜੀ ਖੁਸ਼ਹਾਲੀ ਹੈ ਬੱਚਿਆਂ ਕੋ ਲਾ ਕੇ ਇੱਥੇ ਰਹਿ ਰਹੇ ਹਾਂ ਉੱਥੇ ਦਾ ਕਲਚਰ ਤੁਸੀਂ ਹੰਡਾਇਆ ਦਾ ਇੱਥੇ ਤੁਸੀਂ ਆਏ ਹੋ ਸਿਰਫ ਵਿਜ਼ਿਟਰ ਸੁਪਰਵੀਜ਼ੇ ਤੇ ਤੁਸੀਂ ਕੀ ਚੀਜ਼ ਮਹਿਸੂਸ ਕੀਤੀ ਇੱਥੇ ਬਾਰੇ ਵੈਸਟਰਨ ਕਲਚਰ ਬਾਰੇ ਤੇ ਆਪਣੇ ਕਲਚਰ ਬਾਰੇ ਦੇਖੋ ਮੈਂ ਇਹ ਦੇਖਿਆ ਕਿ ਮੇਰੇ ਤਿੰਨ ਬੱਚੇ ਨੇ ਕਿੰਨੇ ਬੱਚੇ ਮੇਰੇ ਬਾਹਰ ਨੇ ਇੱਕ ਲੜਕੀ ਇੰਗਲੈਂਡ ਚ ਹੈ ਇੱਕ ਲੜਕੀ ਮੇਰੀ ਵੈਨਕੂਵਰ ਹੈ ਲੜਕਾ ਮਰਾ ਇੱਥੇ ਹੈ ਤੇ ਮੈਂ ਸਾਰੇ ਕੰਟਰੀਜ਼ ਦੇ ਵਿੱਚ ਇਹਨਾਂ ਦੇ ਵਿੱਚ ਘੁੰਮਿਆ ਤੇ ਮੈਂ ਇਹ ਦੇਖਿਆ ਕਿ ਡਿਸਪਲਨ ਬਹੁਤ ਅੱਛਾ ਹੈ ਤੇ ਸਾਰੀ ਜਗ੍ਹਾ ਇੱਕ ਦੂਜੇ ਦੀ ਇੱਜ਼ਤ ਕਰਦੇ ਨੇ ਇਹ ਤੇ ਨਸ਼ੇ ਦੇ ਬਾਰੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੇਰੀ ਐਨੀ ਸਟੱਡੀ ਨਹੀਂ ਹੈ ਤੇ ਮੈਨੂੰ ਬਹੁਤ ਅੱਛਾ ਲੱਗਿਆ ਪੋਲੂਸ਼ਨ ਫ੍ਰੀ এনवायरमेंट ਹੈ ਤੇ ਹਰ ਇੱਕ ਚੀਜ਼ ਜਿਹੜੀ ਮਿਲ ਰਹੀ ਹੈ ਉਹ ਸ਼ੁੱਧ ਮਿਲ ਰਹੀ ਹੈ ਤੇ ਬਹੁਤ ਅੱਛਾ ਲੱਗਿਆ ਮੈਨੂੰ ਇੱਥੇ ਆ ਕੇ ਤੇ ਮੈਂ ਸੋਚਦਾ ਕਿ ਹਿੰਦੁਸਤਾਨ ਨੂੰ ਵੀ ਕੋਈ ਸਬਕ ਲੈਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਦੇ ਬਾਰੇ ਅੱਗੇ ਵਧਣਾ ਚਾਹੀਦਾ ਜਿਹੜੇ ਆਪਣੇ ਐਨਆਰਆਈ ਭਰਾ ਬੈਠੇ ਐ ਇਥੇ ਮੇਜਰ ਸਾਹਿਬ ਬੋੜੀ ਹੱਡ ਭਨਵੀ ਜਿਹੜੀ ਆ ਉਹ ਮਿਹਨਤ ਕਰਦੇ ਇਥੇ ਉਸ ਤੋਂ ਬਾਅਦ ਉਹ ਜਿਹੜੇ ਫੰਡਿੰਗ ਜਿਹੜੀ ਆ ਪੋਲਿਟਿਕਸ ਨੂੰ ਪੰਜਾਬ ਦੀ ਪੋਲਿਟਿਕਸ ਨੂੰ ਇਥੋਂ ਹੋ ਰਹੀ ਆ ਔਰ ਉਹਦੀ ਸ਼ਾਇਦ ਦੁਰਵਰਤੋਂ ਵੀ ਹੋ ਜਣੀ ਹੋਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਨ ਸ਼ਰਮਾ ਸਾਹਿਬ ਇਸ ਦੇ ਬਾਰੇ ਕੁਝ ਨਹੀਂ ਕਹਿ ਸਕੂਗਾ ਕਿਉਂਕਿ ਮੈਨੂੰ ਇਨਾ ਐਕਸਪੀਰੀਅੰਸ ਨਹੀਂ ਹੈ ਇਸ ਇਸ਼ੂ ਤੇ ਇਦੇ ਨਾਲ-ਨਾਲ ਜਿਹੜਾ ਮੈਂ ਵੀ ਦੇਖਿਆ ਜੀ ਕਿ ਉਹ ਮੇਰੀ ਜਿਹੜੀ ਇਨਫਾਰਮੇਸ਼ਨ ਹੈ ਜਾਂ ਜੋ ਮੈਂ ਦੇਖਦਾ ਇੰਟਰਨੈਟ ਦੇ ਉੱਤੇ ਵੀ ਕਾਫੀ ਤੁਹਾਡੇ ਫੌਜੀ ਅਫਸਰ ਜਿਹੜੇ ਆ ਉਹ ਸਟਾਰੋਲੋਜਰ ਬਣ ਰਹੇ ਆ ਜਾਂ ਪੁੱਛਾ ਦੇਣ ਲੱਪੇ ਆ ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਦੇਖੋ ਜਿਸ ਤੱਕ ਮੇਰੀ ਸੋਚ ਹੈ ਮੇਰੀ ਨੌਲੇਜ ਚ ਕੋਈ ਐਸਾ ਬੰਦਾ ਨਹੀਂ ਜਿਹੜਾ ਕਿ ਫੌਜੀ ਸਟਾਰੋਲੋਜਰ ਬਣਿਆ ਹੋਵੇ ਤੇ ਜੇ ਉਹ ਬਣ ਵੀ ਗਏ ਨੇ ਤਾਂ ਮੇਰੇ ਖਿਆਲ ਚ ਉਹ ਠੀਕ ਨਹੀਂ ਕਰ ਰਹੇ ਕਿਉਂਕਿ ਫੌਜੀਆ ਦਾ ਕੰਮ ਐਸਟ੍ਰੋਲੋਜੀ ਕਰਨਾ ਨਹੀਂ ਹੁੰਦਾ ਉਹਨਾਂ ਦਾ ਕੰਮ ਐਕਸ਼ਨ ਲੈਣਾ ਹੁੰਦਾ ਤੁਸੀਂ ਦੇਖੋ ਜੀ ਫੌਜ ਦੀ ਨੌਕਰੀ ਕੀਤੀ ਔਰ ਬੜੀ ਬਲੰਦੀ ਨਾਲ ਕੀਤੀ ਉਦੋਂ ਬਾਅਦ ਹਾਲੇ ਵੀ ਪੂਰੇ ਕੈਮ ਉਹ ਰਿਟਾਇਰਮੈਂਟ ਤੋਂ ਬਾਅਦ ਵੀ ਜਿਹੜੇ ਉੱਥੇ ਐਕ ਸਰਵਿਸਮੈਨ ਹੈ ਜਾਂ ਫੌਜੀ ਅਫਸਰ ਹੈ ਕਿ ਉਹਨਾਂ ਦੀ ਇੰਡੀਅਨ ਸਰਕਾਰ ਸਾਰ ਲੈ ਰਹੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਵਨ ਰੈਂਕ ਵਨ ਪੈਨਸ਼ਨ ਚਾਲੂ ਕਰ ਦਿੱਤੀ ਲੇਕਿਨ ਕੀਤੀ ਬਹੁਤ ਹੀ ਘਟਿਆ ਟੰਗ ਨਾਲ ਹੈ ਇੰਨੀਆਂ ਐਨੋਮਲਿਸ ਉਹਦੇ ਵਿੱਚ ਨੇ ਕਿ ਸਾਨੂੰ ਇੱਕ ਸਰਵਿਸਮੈਨ ਨੂੰ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਕਰਨਾ ਪਿਆ ਵਨ ਰੈਂਕ ਵਨ ਪੈਨਸ਼ਨ ਦੇ ਬਾਰੇ ਜਿਹਦੀ ਪੈਰ ਵੀ ਮਸ਼ਹੂਰ ਵਕੀਲ ਜੇਠ ਮਲਾਨੀ ਸਾਹਿਬ ਕਰ ਰਹੇ ਨੇ ਤੇ ਦੂਸਰਾ ਈਵਨ ਜਿਹੜਾ ਹੁਣ ਸੈਵਨਥ ਪੇ ਕਮਿਸ਼ਨ ਆਇਆ ਹੈ ਇਹਦੇ ਵਿੱਚ ਵੀ ਫੌਜੀਆ ਨੂੰ ਇਹਨਾਂ ਨੇ ਪੁਲਿਸ ਤੋਂ ਵੀ ਥੱਲੇ ਰੱਖਿਆ ਇਵਨ 6th ਪੇ ਕਮਿਸ਼ਨ 5th ਪੇ ਕਮਿਸ਼ਨ 4th ਪੇ ਕਮਿਸ਼ਨ ਇਹਨਾਂ ਦੀਆਂ ਐਨੋਮਲੀਆਂ ਹਾਲੇ ਤੱਕ ਇਹਨਾਂ ਨੇ ਸੌਟ ਆਊਟ ਨਹੀਂ ਕੀਤੀਆਂ ਤੇ ਅਨਫੋਰਚੂਨੇਟਲੀ ਪਹਿਲੀ ਕਾਂਗਰਸ ਸਰਕਾਰ ਨੇ ਕਿਹਾ ਸੀ ਕਿ ਅਸੀਂ ਡਿਫੈਂਸ ਵਾਲਿਆਂ ਲਈ ਅਲੱਗ ਪੇ ਕਮਿਸ਼ਨ ਨਿਯੁਕਤ ਕਰਾਂਗੇ ਲੇਕਿਨ ਜਦੋਂ ਇਹਨਾਂ ਨੇ ਨਿਯੁਕਤੀ ਕੀਤੀ ਉਹ ਭੁੱਲ ਗਏ ਤੇ ਇੱਕ ਕਾਮਨ ਪੇ ਕਮਿਸ਼ਨ ਚਲਾਇਆ ਤੇ ਅਨਫੋਰਚੂਨੇਟਲੀ ਉਸ ਦੇ ਵਿੱਚ ਕਦੇ ਵੀ ਇਹਨਾਂ ਨੇ ਕੋਈ ਫੌਜੀ ਸਰਵਿੰਗ ਯਾ ਰਿਟਾਇਰਡ ਐਜ਼ ਅ ਰਿਪਰੈਜ਼ੈਂਟੇਟਿਵ ਨਹੀਂ ਰੱਖਿਆ ਈਵਨ ਜਿਹੜੀਆਂ ਕਮੇਟੀਆਂ ਬਣੀਆਂ ਬਾਅਦ ਦੇ ਵਿੱਚ ਐਨੋਮਲੀਜ਼ ਦੂਰ ਕਰਨ ਲਈ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਕਦੇ ਸਾਡਾ ਰਿਪਰੈਜ਼ੈਂਟੇਟਿਵ ਨਹੀਂ ਰੱਖਿਆ ਜਿਸ ਦੇ ਨਾਲ ਅੱਜ ਸਰਵਿੰਗ ਯਾ ਰਿਟਾਇਰਡ ਫੌਜੀਆ ਦੇ ਵਿੱਚ ਇੱਕ ਡਿਸਸੈਟੀਸਫੈਕਸ਼ਨ ਆ ਰਹੀ ਹੈ ਜੋ ਕਿ ਸਾਡੇ ਦੇਸ਼ ਲਈ ਅੱਛੀ ਨਹੀਂ ਹੋਊਗੀ ਤੇ ਮੇਰਾ ਖਿਆਲ ਹੈ ਸਰਕਾਰ ਨੂੰ ਚਾਹੀਦਾ ਇਹਦੇ ਬਾਰੇ ਖੁਦ ਸੋਚਣ ਇਵਨ ਸਾਡੇ ਤਿੰਨੋਂ ਚੀਫ ਨੇ ਸੈਵਨਥ ਪੇ ਕਮਿਸ਼ਨ ਦੇ ਬਾਰੇ ਚਿੱਠੀ ਲਿਖੀ ਹੈ ਕਿ ਸਾਡੀਆਂ ਪਹਿਲਾਂ ਐਨੋਮਲੀਆਂ ਦੂਰ ਕਰੋ ਇਸ ਤੋਂ ਬਾਅਦ ਅਸੀਂ ਇਹ ਸੈਵਨਥ ਪੇ ਕਮਿਸ਼ਨ ਲਾਗੂ ਕਰਾਂਗੇ ਇਹ ਤਾਂ ਤੁਸੀਂ ਫੌਜੀਆਂ ਦੀ ਦੇਖੋ ਜੀ ਪ੍ਰੋਬਲਮ ਜਿਹੜੀ ਉਜਾਗਰ ਕੀਤੀ ਹੈ ਔਰ ਮਨ ਨੂੰ ਖੁਸ਼ੀ ਹੈ ਕਿ ਅਸੀਂ ਇਹ ਚ ਸ਼ਮੂਲੀਅਤ ਕਰ ਰਹੇ ਹਾਂ ਇਹਦੇ ਨਾਲ ਨਾਲ ਕਿਉਂਕਿ ਤੁਸੀਂ ਕਾਮਨ ਮੈਨ ਹੋ ਤੁਹਾਡਾ ਤਜਰਬਾ ਜਿਹੜਾ ਬੜਾ ਲੰਮਾ ਹੈ ਜ਼ਿੰਦਗੀ ਹੰਡਾਈ ਹੈ ਪੰਜਾਬ ਦੇ ਲੁਧਿਆਣੇ ਚ ਬੈਠੇ ਹੋ ਸਾਡੇ ਜਿਹੜੇ ਦਰਸ਼ਕ ਪੂਰੇ ਕੈਨੇਡਾ ਚ ਤੁਹਾਨੂੰ ਦੇਖ ਰਹੇ ਆ ਉਹਨਾਂ ਲਈ ਤੁਹਾਡਾ ਕੀ ਸੁਨਾਇਆ ਮੇਰੀ ਰਿਕੁਐਸਟ ਇਹੀ ਹੈ ਸਾਰਿਆਂ ਲਈ ਕਿ ਆਪਣੇ ਦੇਸ਼ ਦਾ ਧਿਆਨ ਰੱਖੋ ਤੇ ਜਿੱਥੇ ਕੋਈ ਚੀਜ਼ ਗਲਤ ਦੇਖਦੇ ਹੋ ਉਥੇ ਖੁੱਲ ਕੇ ਸਾਹਮਣੇ ਆਓ ਤੇ ਜੋ ਮਦਦ ਕਰ ਸਕਦੇ ਹੋ ਆਪਣੇ ਦੇਸ਼ ਦੀ ਹਮੇਸ਼ਾ ਕਰਦੇ ਰਹੋ ਮੇਜਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਮੈਂ ਸ਼ਰਮਾ ਸਾਹਿਬ ਤੁਹਾਡਾ ਤੇ ਹਾਰਮੋਨੀ ਟੀਵੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਮੇਰੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਬਹੁਤ-ਬਹੁਤ ਮਿਹਰਬਾਨੀ ਤੁਹਾਡੀ